ਅਸਲਾਮੁਅਲੈਕੁਮ ਦੋਸਤੋ, ਕੀ ਹਾਲ ਚਾਲ ਜੇ? ਠੀਕ ਠਾਕ ਹੋ? ਅੱਜ ਅਸੀਂ ਮੈਤਪੁਰ ਆਏ ਹਾਂ, ਠੀਕ ਹੈ। ਇੱਥੇ ਦਰਬਾਰ ਹੈ ਹਜ਼ਰਤ ਬਾਬਾ ਦੀਵਾਨ ਸ਼ਾਹ ਸਰਕਾਰ ਦਾ, ਉਹਦਾ ਵਿਜ਼ਿਟ ਕਰਨੇ ਆ, ਠੀਕ ਹੈ ਜੀ। ਅਤੇ ਉਹਨਾਂ ਦੀ ਜ਼ਿਆਰਤ, ਦਰਬਾਰ ਦੀ ਜ਼ਿਆਰਤ ਵੀ ਕਰਨੇ ਆ ਅਤੇ ਤੁਹਾਨੂੰ ਵੀ ਜ਼ਿਆਰਤ ਕਰਵਾਉਂਦੇ ਹਾਂ, ਠੀਕ ਹੈ ਨਾ। ਅਤੇ ਇਹ ਉਹਨਾਂ ਦਾ ਦਰਬਾਰ ਹੈਗਾ, ਅੰਦਰ ਐਂਟਰੀ ਮਾਰਨੇ ਆ। ਦਰਬਾਰ ਦੇ ਅੰਦਰ ਅਸੀਂ ਐਂਟਰੀ ਹੋ ਗਏ ਹਾਂ, ਠੀਕ ਹੈ ਜੀ। ਅਤੇ ਇਹ ਦਰਬਾਰ ਦਾ ਅੰਦਰੂਨੀ ਹਿੱਸਾ ਵੀ ਤੁਹਾਨੂੰ ਵਿਖਾਉਂਦੇ ਹਾਂ। ਅਤੇ ਸਾਰੇ ਮਤਲਬ ਕਿ ਅਸੀਂ ਪੁੱਛਿਆ ਗਿੱਛਿਆ ਵੀ ਆਇਆ ਨਾ ਲੋਕਾਂ ਕੋਲੋਂ ਕਿ ਕੀ ਮਤਲਬ ਕਿ ਦਰਬਾਰ ਤੋਂ ਕਿਹੜੀ ਚੀਜ਼ ਦੀ ਸ਼ਿਫਾ ਹੋ ਸਕਦੀ ਆ, ਠੀਕ ਹੈ ਜੀ। ਸਾਰੇ ਇਹ ਕਹਿੰਦੇ ਨੇ ਕਿ ਜਨਾਬ, ਜਿੰਨਾ ਵੀ ਪੁਰਾਣਾ ਬੁਖਾਰ ਆ ਨਾ, 3 ਸਾਲ ਦਾ, 4 ਸਾਲ ਦਾ, 5 ਸਾਲ ਦਾ ਪੁਰਾਣਾ ਬੁਖਾਰ ਆ ਨਾ, ਉਹ ਬਾਬੇ ਦੀ ਮਜ਼ਾਰ 'ਤੇ ਆਓ, ਤੁਸੀਂ ਦੁਆ ਕਰੋ ਅਤੇ ਅਲਹਮਦੁਲਿਲਾ ਅੱਲਾਹ ਦੇ ਕਰਮ ਫਜ਼ਲ ਨਾਲ ਮਤਲਬ ਕਿ ਬਿਮਾਰੀ ਜਿਹੜੀ ਆ ਖਤਮ ਹੋ ਸਕਦੀ ਆ। ਠੀਕ ਹੈ ਜੀ, ਸਾਨੂੰ ਖੂਹ ਵੀ ਚੈੱਕ ਕਰਵਾਉਂਦੇ ਹਾਂ।